ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਚਹਿਰ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੁਹਾਡੇ ਲਈ। ਇੱਕ ਰਿਐਕਸ਼ਨ ਵੀਡੀਓ ਹੈਗੀ ਜਿਹੜੀ ਕਿ ਹੈਗੀ ਆ ਜੀ ਹਰੀ ਸਿੰਘ ਜੀ ਦਿਲਬਰ, ਜਿਹੜੇ ਕਿ ਪੰਜਾਬ ਦੇ ਹਾਸ ਰਾਸ ਕਵੀ ਹੋਏ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਨੇ ਜੋ ਆਪਣੇ ਸਟੇਜ ਦੇ ਰਾਹੀਂ ਆਪਣੇ ਦਰਸ਼ਕਾਂ ਨੂੰ ਕੀਲਿਆ। ਇੱਕ ਸਮਾਂ ਬਣ ਜਾਂਦਾ ਹੈਗਾ ਜਦੋਂ ਉਹ ਸਟੇਜ 'ਤੇ ਆਉਂਦੇ ਸੀ, ਮਤਲਬ ਕਿ ਕਾਫੀ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਦੇ ਵਿੱਚ ਇੱਕ ਅਜਿਹੀ ਖਿੱਚ ਸੀਗੀ, ਅਤੇ ਉਹਨਾਂ ਦੇ ਬੋਲਣ ਦੇ ਅੰਦਾਜ਼ ਅਤੇ ਉਹਨਾਂ ਦਾ ਕਵਿਤਾ ਕਹਿਣ ਦਾ ਅਤੇ ਲਿਖਣ ਦਾ ਇੱਕ ਢੰਗ ਸੀ, ਅਤੇ ਇੱਕ ਉਹਨਾਂ ਦਾ ਆਪਣਾ ਹੀ ਇੱਕ ਵੱਖਰਾ ਜਿਹਾ ਦਾਇਰਾ ਸੀ ਜਿਸ ਦੇ ਵਿੱਚ ਉਹ ਕਵਿਤਾ ਨੂੰ ਬੰਨ ਕੇ ਰੱਖਦੇ ਨੇ। ਅਤੇ ਉਹਨਾਂ ਨੇ ਹਾਸ ਰਾਸ ਦੇ ਜਦੋਂ ਕਵਿਤਾ ਸ਼ੁਰੂ ਕਰਨੀ ਸੀ ਅਤੇ ਕਾਲਜਾਂ ਦੇ ਵਿੱਚ ਸਟੇਜ ਸ਼ੋ ਕਰਨੇ ਅਤੇ ਕਵੀ ਸੰਮੇਲਨ ਦੇ ਵਿੱਚ, ਤਾਂ ਸਮਾਂ ਖੜ ਜਾਂਦਾ ਸੀ। ਅਤੇ ਆਓ ਅੱਜ ਅਸੀਂ ਉਹਨਾਂ ਦੀ ਇੱਕ ਸਟੇਜ ਪਰਫਾਰਮੈਂਸ ਨੂੰ ਵੇਖਦੇ ਹਾਂ, ਅਤੇ ਉਹਨਾਂ ਦੀ ਇਸ ਪਰਫਾਰਮੈਂਸ ਨੂੰ ਦੇਖ ਕੇ ਤੁਸੀਂ ਆਪਣੇ ਕਮੈਂਟ ਜ਼ਰੂਰ ਆਪਣੇ ਇੱਕ ਕਮੈਂਟ ਬਾਕਸ ਵਿੱਚ ਦੇਣੇ ਨੇ ਤੁਹਾਨੂੰ ਕਿਵੇਂ ਲੱਗਿਆ। ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਵੀਡੀਓ ਹੈਗੀ ਕਾਫੀ ਜ਼ਿਆਦਾ ਪੁਰਾਣੀ ਹੈ, ਅਤੇ ਉਹਨਾਂ ਦੀ ਵੀਡੀਓ ਨੂੰ ਅਸੀਂ ਥੋੜ੍ਹਾ ਜਿਹਾ ਮਤਲਬ ਲੋਅ ਕੁਆਲਿਟੀ ਹੈਗੀ ਉਸ ਦੇ ਵਿੱਚ, ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਨੂੰ ਥੋੜ੍ਹਾ ਜਿਹੀ ਕੁਆਲਿਟੀ ਨੂੰ ਸੁਧਾਰਿਆ ਜਾਵੇ, ਅਤੇ ਉਹਨਾਂ ਦੀ ਜਿਹੜੀ ਇਹ ਵੀਡੀਓ ਹੈਗੀ ਉਹਨੂੰ ਆਪਾਂ ਆਨੰਦ ਮਾਣਦੇ। ਠੀਕ ਹੈ, ਆਓ ਆਪਾਂ ਉਸ ਦੇ ਉੱਪਰ ਉਹਨਾਂ ਦੀ ਹਾਸ ਰਸ ਕਵਿਤਾ ਦਾ ਆਨੰਦ ਮਾਣਦੇ ਸ਼ੁਰੂ ਕਰਦੇ ਹਾਂ ਜੀ। ਲੈਟ ਅਸ ਗੋ। ਦੇਸ਼ ਵਾਸੀਓ, ਮੈਂ ਰਾਬਰੀ ਸਿੰਘ ਖਾਂ ਦੇ ਕਹਿਣਾ ਜੋ ਕਵਾਂਗਾ ਕਵਿਤਾ ਹੀ ਕਵਾਂਗਾ, ਕਵਿਤਾ ਦੇ ਬਿਨਾਂ। ਪਹਿਲਾ ਚੌਕਾ ਅਰਜ਼ ਕਰ ਰਿਹਾ ਹਜ਼ੂਰ, ਪੰਡਿਤ ਮੌਲਵੀ ਠੇਕੇ 'ਚ ਜਾ ਕੇ ਇੱਕ ਬਣ ਜਾਂਦਾ, ਪੰਡਿਤ ਮੌਲਵੀ ਠੇਕੇ 'ਚ ਜਾ ਕੇ ਇੱਕ ਬਣ ਜਾਂਦਾ, ਦੇਖਣ ਲਈ ਉਹਨਾਂ ਦਾ ਪਿਆਰ ਵੀ ਪ੍ਰਤਿੱਖ ਬਣ ਜਾਂਦਾ। ਸੁੰਨਤ ਕਰ ਦਿਓ ਮੁਸਲਿਮ, ਜੰਜੂ ਪਾ ਦਿਓ ਹਿੰਦੂ, ਕਰੋ ਕੁਝ ਨਾ ਜੰਮ ਕੇ ਛੱਡ ਦੇਵੋ ਸਿੱਖ ਬਣ ਜਾਂਦਾ। ਚੌਕਾ ਅਧਿਕਾਰੀਆਂ ਜੀ, ਜਿੱਥੇ ਮੈਂ 48 ਸਾਲ ਤੋਂ ਬੋਲ ਰਿਹਾ, ਸ਼ੁਰੂ ਸ਼ੁਰੂ ਚ ਮੇਰੀ ਨਿਗਾਹ ਪਈ ਉੱਥੇ ਮਿਊਜ਼ੀਅਮ ਤੇ, ਹੋਣਾ ਕੀ ਚਾਹੀਦਾ ਹੋ ਕੀ ਰਿਹਾ। ਚੌਕੇ ਰਹੀ ਮਹਿੰਦਰ ਸ਼ਰਮਾ ਜੀ, ਲਾਹੌਰ ਕਰਮਾ, ਲਾਲ ਕਿਲੇ ਚ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ, ਲਾਲ ਕਿਲੇ ਚ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ, ਸ਼ਾਹ ਜਹਾਂ ਦੀ ਉਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਏ, ਲਾਲ ਕਿਲੇ ਚ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ, ਸ਼ਾਹਜਹਾਂ ਦੀ ਉਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਏ, ਰਾਣੀ ਝਾਂਸੀ ਦੀ ਜੰਗੀ ਪੋਸ਼ਾਕ ਦਿਲਬਰਾ ਖੁਰਦ ਬੁਰਦ ਹੈ, ਰਾਣੀ ਝਾਂਸੀ ਦੀ ਜੰਗੀ ਪੋਸ਼ਾਕ ਦਿਲਬਰਾ ਖੁਰਦ ਬੁਰਦ ਹੈ, ਤੇ ਨੂਰ ਜਹਾਂ ਦੀ ਉਸ ਅੰਦਰ ਸਲਵਾਰ ਸਾਂਭ ਕੇ। ਜ਼ਿੰਦਗੀ ਨਾਲ ਰੱਬ ਵੀ ਬੜਾ ਮਜ਼ਾਕ ਕਰਾਇਆ, ਮੇਰੀ ਜ਼ਿੰਦਗੀ ਨਾਲ ਰੱਬ ਵੀ ਬੜਾ ਮਜ਼ਾਕ ਕਰਾਇਆ, ਦਸਾਂ ਦਿਸ਼ਾਵਾਂ ਮੇਰੇ ਪੱਲੇ ਘਾਟਾ ਹੀ ਘਾਟਾ ਪਾਇਆ, ਇੱਕ ਫਿਲਮ ਵਿੱਚ ਕੁੜੀ ਮੁੰਡੇ ਦਾ ਮੈਨੂੰ ਬਾਪ ਬਣਾਇਆ, ਉਹਨਾਂ ਦੀ ਰਾਖੀ ਲਈ ਗੁੰਡਿਆਂ ਤੋਂ ਮੈਂ ਸਿਰ ਪੜਵਾਇਆ, ਉਹਨਾਂ ਦੀ ਰਾਖੀ ਲਈ ਗੁੰਡਿਆਂ ਤੋਂ ਮੈਂ ਸਿਰ ਪੜਵਾਇਆ, ਪਰ ਫਿਲਮ ਵਾਲਿਆਂ ਸਾਲਿਆਂ ਦੀ ਦਿਲਬਰ ਦੇਖੋ ਚਤੁਰਾਈ, ਸਾਰੀ ਫਿਲਮ ਚ ਕੁੜੀ ਮੁੰਡੇ ਦੀ ਮਾਂ ਨੀ ਮੈਨੂੰ ਦਿਖਾਈ। ਇੱਕ ਛੱਕਾ ਹੋਰ, ਸਮਾਂ ਥੋੜਾ ਹੈ, ਕਲਾਮ ਜ਼ਿਆਦਾ ਸੁਣਾਇਆ ਜਾਏਗਾ ਥੋੜੇ ਜਿਹੇ ਸਮੇਂ ਚ। ਹੋਸਟਲ ਵਿੱਚ ਅੱਗ ਲੱਗ ਗਈ, ਹੋਸਟਲ ਵਿੱਚ ਅੱਗ ਲੱਗ ਗਈ, ਕੁੜੀਆਂ ਸ਼ੋਰ ਮਚਾਇਆ, ਹੋਸਟਲ ਵਿੱਚ ਅੱਗ ਲੱਗ ਗਈ, ਕੁੜੀਆਂ ਸ਼ੋਰ ਮਚਾਇਆ, ਬਿਨ ਪਾਣੀ ਮੁੰਡਿਆਂ ਘੰਟੇ ਵਿੱਚ ਅੱਗ ਤੇ ਕਾਬੂ ਪਾਇਆ, ਬਿਨ ਪਾਣੀ ਘੰਟੇ ਵਿੱਚ ਮੁੰਡਿਆਂ ਅੱਗ ਤੇ ਕਾਬੂ ਪਾਇਆ, ਅੱਗ ਤੇ ਕਾਬੂ ਪਾਇਆ, ਬਦਲੀ ਵਿਚਾਰ ਧਾਰਾ, ਮੁੰਡਿਆਂ ਉੱਤੇ ਕਾਬੂ ਪਾਉਣ ਨੂੰ ਲੱਗ ਗਿਆ ਦਿਲ ਸਾਰਾ। ਮੁੰਡਿਆਂ ਉੱਤੇ ਕਾਬੂ ਪਾਉਣ ਨੂੰ ਲੱਗ ਗਿਆ ਦਿਨ ਸਾਰਾ, ਅੰਦਰ ਕੁੜੀਆਂ ਬਾਹਰ ਪੁਲਿਸ ਹੀ ਪੁਲਿਸ ਨੇ ਪਾਇਆ ਘੇਰਾ,
अंदर कुड़ियां बाहर पुलिस ही पुलिस ने पाया घेरा हुण पुलिस ते काबू पाउण नूं देखो कौन मारदा फेरा। एक छक्का होर अर्ज करिए जी। गोरा देखो ना बापू दा एक बांदर, सबने पढ़िया है। गोरा देखो ना बापू दा एक बांदर अपनियां अखां उत्ते दोवें हाथ रखदा। गोरा सुनो ना बापू दा दूजा बांदर अपने कन्नां उत्ते दोवें हाथ रखदा। गोरा बोलो ना बापू दा तीजा बांदर अपने मुख उत्ते दोवें हाथ रखदा। रब दा शुक्र सी बापू को तीन बांदर, रब दा शुक्र सी बापू को तीन बांदर, जे चौथा बांदर हुंदा किथे हाथ रखदा। बजरंगी दी नसल दा जे बांदर हुंदा बजरंगी दी नसल दा जे ता ओ देश बचाउण ते हाथ रखदा। राजनीति च जिसने चोर वाड़े उस नेता दी धौण ते हाथ रखदा। एक छक्का इसे बरादरी का कह रहा है। पहला नेता जी कहिंदे सी खून दिओ ते गीत आजादी दे गाओ लोको। कई नेता हुण कहिंदे नी दिओ वोटां खाइए गफे तुसी धक्के खाओ लोको। कई नेता हुण कहिंदे ने दिओ वोटां खाइए गफे तुसी धक्के खाओ लोको। एक ऐसे नेता दी माता स्वर्ग तुर गई, लोकी रल मिल भंगड़ा पान लग पए। मैं पुछया मौत जवान उत्ते तुसी काश तो खुशी मनान लग पए। मैनू पासे लिजा के समझाया ना इन्ने कूंडा इलाके दा कर देना सी, जे ना मरदी इन्हें चुप करके एक होर नेता जम के धर देना सी। हाँ जी, ये सीगी जी वीडियो हरी सिंह दिलबर जी की एक कविता स्टेज शो सीगा जी, जिहड़ा उन्हां दा कह सकदे हां जी आपां कवि सम्मेलन, जिन्हां ने बहुत ही फनी अंदाज नाल व्यंग दे रूप दे विच अपनी गल कही है। इन्हां दा कवि दा की हुंदा गा जी, एक व्यंग हुंदा गा ते उसने अपने व्यंग दे विच ही अपनी गल नूं कहना हुंदा गा। तुहानूं ये वीडियो किवें लगी, थोड़ी जी क्वालिटी जरूर लो है परंतु आडियो बिल्कुल सही है जी, ठीक है जी, बिल्कुल सही। तो इन्हों का जोड़ा चैनल है उसनों तुम सबसक्राइब करना, उन्होंने लिंक मैं डिस्क्रिप्शन बॉक्स के जरूर दूंगा जी। तो बहुत वधिया लगी जी, बहुत फन होया। तो अगली वीडियो तुम किस तरह की देखनी चाहोगे, किस उपर रिएक्शन करना चाहोगे, देखना चाहोगे, जरूर अपने कमेंट बॉक्स में देना। मैं रिकमेंड करना जी अगली मैं अपने पाकिस्तान के मशहूर कवि श्री मसूद अनवर जी, ठीक है जी, उन्होंने उपर वीडियो बनानी चाहूँगा। ठीक है जी, धन्यवाद जी सारे का। वीडियो लाइक जरूर करो, शेयर करो, दब के शेयर कर दियो जी, लाइक जरूर कर दियो। धन्यवाद जी सारे, सत श्री अकाल जी।